ਹੁਣ ਪੰਜਾਬ ਦਾ ਲੋਕੀ ਛੱਲਾ ਜਿਸ ਨੂੰ ਪਾਕਿਸਤਾਨ ਦੇ ਬਹੁਤ ਹੀ ਸਿੱਖਣ ਨੇ ਲਾਇਆ ਬਹੁਤ ਸਾਰੇ ਔਰ ਅਖੀਰ ਸਾਡੇ ਗੁਰਦਾਸ ਮਾਨ ਜੀ ਨੇ ਜਦ ਆਇਆ ਪਰ ਛੱਲੇ ਦਾ ਨਾਮ ਗੁਰਦਾਸ ਮਾਨ ਜੀ ਦੇ ਨਾਮ ਪਰ ਜੇ ਇਹ ਛੱਲੇ ਦੀ ਪਿਛਲੀ ਕਹਾਣੀ ਨੂੰ ਲਿਆ ਜਾਵੇ ਕੀ ਹੋਇਆ ਕਿ ਇਸ ਦਿਨ ਛੱਲੇ ਦਾ ਬਾਪ ਬਿਮਾਰ ਸੀ ਉਹਨੂੰ ਪਾਰ ਜਿਹੜਾ ਸਵਾਰੀਆਂ ਨੂੰ ਛੱਡਣ ਚਲਾ ਗਿਆ ਬੇੜੀ ਰੁਕਦੀ ਛੱਲਾ ਖਤਮ ਹੋ ਗਿਆ ਛੱਲਾ ਟੁੱਟ ਗਿਆ ਛੱਲਾ ਮਰ ਗਿਆ ਛੱਲਾ ਵਾਪਸ ਨਹੀਂ ਆਇਆ ਔਰ ਉਹਦਾ ਬਾਪ ਜਿਹੜਾ ਪਾਕਿਸਤਾਨ ਬਣਨ ਤੋਂ ਬਾਅਦ ਉਹਨੂੰ ਜਾ ਕੇ ਖਤਮ ਹੋਇਆ ਉਹ ਛੱਲੇ ਦਾ ਨਾਮ ਛੱਲੇ ਦੀ ਕਹਾਣੀ ਕਹਾਂਗਾ ਉਹਦਾ ਪਰ ਛੱਲਾ ਜੋ ਉਹਨੇ ਨਾਮ ਰੱਖਿਆ ਸੀ ਇੱਕ ਬਹੁਤ ਹੀ ਪਿਆਰ ਨਿਸ਼ਾਨੀ ਹੈ ਇੱਕ ਪਿਆਰ ਵਾਸਤੇ ਇਹਨਾਂ ਦੀ ਸ਼ਖਸੀਅਤ ਨੇ ਪਰਦਾ ਰੱਖਣ ਦਾ ਜ਼ਿਆਦਾ ਚੰਗੀ ਗੱਲ ਹੈ ਕਿ ਸਾਡੇ ਵਿਭਾਗ ਦੇ ਨਾਲ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਨਹੀਂ ਇਹ ਨੌ ਵੀ ਹੈ ਮਾਸ ਵੀ ਹੈ ਸਾਰਾ ਰਲਿਆ ਮਿਲਿਆ ਕੰਮ ਚੱਲਦਾ ਜਦੋਂ ਇਹੋ ਜਿਹੇ ਮੇਲੇ ਹੁੰਦੇ ਆ ਫਿਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਵੀ ਗਾਉਣ ਨੂੰ ਜੀ ਕਰਦਾ ਇਹ ਸਾਡੇ ਪੰਜਾਬ ਦੇ ਉਹ ਅਮਰ ਲੋਕ ਗੀਤ ਆ ਜਿਵੇਂ ਹੀਰ ਰਾਂਝਾ ਜੁਗਨੀ ਮਿਰਜ਼ਾ ਸਾਹਿਬਾ ਇਸੇ ਤਰ੍ਹਾਂ ਛੱਲਾ ਵੀ ਬਹੁਤ ਮਕਬੂਲ ਹੋਇਆ ਪੰਜਾਬ ਦਾ ਲੋਕ ਗੀਤ ਕਿਆ ਬਾਤ ਛੱਲਾ ਪੇਸ਼ ਕਰਦੇ ਹਾਂ ਆਸ ਕਰਦਾ ਤੁਸੀਂ ਕਬੂਲ ਕਰੋਗੇ ਸੁਣ ਦੋ ਜੀ ਚੋਰਾ ਓਏ ਡਾਂਡਾ ਲਾਇਆ ਈ ਚੋਰਾ